वाहे गुरु 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 वाहे सतगुर नानक परगटिया मिटी तुंद जग चानन होआ वाहेगुरु 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 सतगुर नानक परगटिया मिटी तुंद जग चानन होआ जो कर सूरज निकलिया तारे छपे अंधेर पलो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦਿਆਲ ਸਿੰਘ ਪਾਵੜਾ ਦਲਜੀਤ ਸਿੰਘ ਦਾ ਚਾਚਾ ਜੀ ਅਤੇ ਮੈਂ ਆਪਣੇ ਭਤੀਜੇ ਨੂੰ ਉਹਦੇ ਵਿਆਹ ਦੇ ਬੈਸਟ ਵਿਸ਼ਿਸ ਦਿੰਦਾ ਉਹਦੇ ਉਹਦੀ ਵਾਈਫ ਦਲਜੀਤ ਸਿੰਘ ਅਤੇ ਉਹਦੀ ਵਾਈਫ ਤਜਿੰਦਰ ਨੂੰ ਬੈਸਟ ਵਿਸ਼ਿਸ ਦਿੰਦਾ ਵਾਂ ਅਤੇ ਆਪਣੇ ਵੱਡੇ ਭਰਾ ਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਸਾਨੂੰ ਆਪਣੇ ਭਤੀਜੇ ਦੇ ਵਿਆਹ ਦੀ ਬਹੁਤ ਜ਼ਿਆਦਾ ਚਾਹ ਸੀ ਅਤੇ ਅਸੀਂ ਬਹੁਤ ਉਮੀਦਾਂ ਅਤੇ ਖੁਸ਼ੀਆਂ ਲੈ ਕੇ ਆਪਣੇ ਭਤੀਜੇ ਦੇ ਵਿਆਹ 'ਤੇ ਆਪਣੇ ਵਤਨ ਆਪਣੀ ਮਾਂ ਜਨਮ ਭੂਮੀ 'ਤੇ ਪਹੁੰਚੇ ਹਾਂ ਅਤੇ ਸਾਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਆਪਣੀਆਂ ਪੁਰਾਣੀਆਂ ਯਾਦਾਂ ਪਿੰਡ ਦੀਆਂ ਗਲੀਆਂ ਅਤੇ ਉਹੀ ਅਸੀਂ ਆਪਣੇ ਭਤੀਜੇ ਨੂੰ ਹੱਥਾਂ ਚੁੱਕ ਕੇ ਕਿਸ ਤਰ੍ਹਾਂ ਖਿਡਾਉਂਦੇ ਸੀ ਬਹੁਤ ਚੰਗਾ ਲੱਗਦਾ ਸਭ ਕੁਛ ਮੁੜ ਕੇ ਯਾਦਾਂ ਤਾਜ਼ਾ ਹੋ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣ ਮਿੱਤਰ ਰਿਸ਼ਤੇਦਾਰ ਆਏ ਹੋਇਆਂ ਨੂੰ ਮੇਰਾ ਨਾਂ ਹਰਦੀਪ ਸਿੰਘ ਮੈਂ ਦਲਜੀਤ ਸਿੰਘ ਦਾ ਛੋਟਾ ਜੀਜਾ ਅਤੇ ਮੇਰਾ ਕੰਮ ਇੱਥੇ ਇਹੀ ਆ ਕਿ ਸਾਰਿਆਂ ਨੂੰ ਰੈਡੀ ਕਰਾਉਣਾ ਅਤੇ ਸਾਰਿਆਂ ਦਾ ਧਿਆਨ ਰੱਖਣਾ ਜਦ ਸਾਰੇ ਰੈਡੀ ਹੋ ਜਾਣ ਅਤੇ ਆਪਣਾ ਕੰਮ ਆ ਕਿ ਅਸੀਂ ਸਾਰਿਆਂ ਤੋਂ ਬਾਅਦ 'ਚੋਂ ਆਉਣਾ ਉਹੀ ਗੱਲ ਨਾ ਹੋ ਜਾਵੇ ਵਿਆਹ ਦੇ ਵਿੱਚ ਕਿ ਰਸ ਕਿ ਕਹਿੰਦੇ ਰੁੱਸ ਗਿਆ ਪਰਾਉਣਾ ਇਸ ਵਾਲਾ ਆਪਾਂ ਨੂੰ ਉਹ ਕੋਈ ਕੰਮ ਨਹੀਂ ਚਾਹੀਦਾ ਸਾਰੇ ਰੈਡੀ ਚਾਹੀਦੇ ਆਪਾਂ ਨੂੰ ਇਹ ਜਦ ਸਾਰੇ ਰੈਡੀ ਹੋ ਗਏ ਆਪਾਂ ਬਾਅਦ ਦੇ ਵਿੱਚ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਦਲਜੀਤ ਸਿੰਘ ਅੱਜ ਮੇਰਾ ਵਿਆਹ ਆ ਤਜਿੰਦਰ ਕੌਰ ਦੇ ਨਾਲ ਹੋਣ ਜਾ ਰਿਹਾ ਆ ਮੈਂ ਬਸ ਆਲਮੋਸਟ ਰੈਡੀ ਹੋ ਗਿਆ ਆ ਅਤੇ ਬੈਂਡ ਵਾਲੇ ਵੀ ਆ ਗਏ ਆ ਅਤੇ ਕਾਰ ਵੀ ਆਲਮੋਸਟ ਆ ਗਈ ਆ ਅਸੀਂ ਹੁਣ ਸਾਰੇ ਤਿਆਰ ਹਾਂ ਬਸ ਅਸੀਂ ਹੁਣ ਅੱਧੇ ਘੰਟੇ ਤੱਕ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪਰਮਾਤਮਾ ਦਾ ਨਾਂ ਲੈ ਕੇ
ਨਿਕਲ ਜਾਣਾ ਆ। ਤਜਿੰਦਰ ਨੂੰ ਲਾਸਟ ਈਅਰ ਮਿਲਿਆ ਸੀਗਾ ਅਤੇ ਜਦੋਂ ਮੈਂ ਉਹਨੂੰ ਪਹਿਲੀ ਵਾਰ ਮਿਲਿਆ ਅਤੇ ਮੈਨੂੰ ਲਾਈਕ ਇੱਦਾਂ ਲੱਗਾ ਕਿ ਇਹ ਮੇਰੇ ਲਈ ਪਰਫੈਕਟ ਆ। ਫਿਰ ਮੈਂ ਆਪਣੇ ਮੋਮ ਡੈਡ ਨਾਲ ਉਹਦੇ ਬਾਰੇ ਗੱਲ ਕੀਤੀ ਅਤੇ ਫਿਰ ਸਾਡੀ ਰਿੰਗ ਸੈਰੇਮਨੀ ਹੋਈ ਅਤੇ ਬਾਕੀ ਬਾਅਦ ਵਿੱਚ ਅਸੀਂ ਲਾਈਕ ਮੈਂ ਰੋਜ਼ ਉਹਨੂੰ ਫੋਨ ਕਰਦਾ ਹੁੰਦਾ ਸੀ ਅਤੇ ਉਹਦਾ ਨੇਚਰ ਬਹੁਤ ਚੰਗਾ ਲੱਗਾ ਮੈਨੂੰ ਅਤੇ ਉਹ ਮੇਰੇ ਮੋਮ ਡੈਡ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੀ ਆ ਅਤੇ ਮੇਰੀ ਵੀ ਕਰਦੀ ਆ ਅਤੇ ਆਪਣੇ ਮੋਮ ਡੈਡ ਦੀ ਬਹੁਤ ਰਿਸਪੈਕਟ ਕਰਦੀ ਆ। ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਅਨੇਕ ਸਿੰਘਾਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਧਰਮ ਹੇ ਸੀਸ ਦਿੱਤੇ। ਅੱਜ ਮੇਰਾ ਵਿਆਹ 'ਤੇ ਜਿੰਨੇ ਵੀ ਮੇਰੇ ਲਾਈਕ ਫਰੈਂਡਸ ਆਏ ਆ ਅਤੇ ਮੇਰੇ ਫੈਮਿਲੀ ਮੈਂਬਰ ਆਏ ਆ, ਮੈਂ ਉਹਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਵਿਆਹ ਦੇ ਵਿੱਚ ਲਾਈਕ ਸਾਡੀ ਖੁਸ਼ੀਆਂ ਦੇ ਵਿੱਚ ਸਾਰੇ ਜਣੇ ਸ਼ਾਮਿਲ ਹੋਏ ਆ ਅਤੇ ਮੈਂ ਉਮੀਦ ਕਰਦਾ ਕਿ ਉਹ ਮੈਨੂੰ ਆਸ਼ੀਰਵਾਦ ਦੇ ਕੇ ਜਾਣਗੇ। ਅਤੇ ਬਾਕੀ ਮੇਰਾ ਜੋਤੀ ਫਰੈਂਡ ਗ੍ਰੀਨ ਸਟੂਡੀਓ ਅਤੇ ਜੋ ਮੇਰੇ ਸਾਰੇ ਵਿਆਹ ਦਾ ਕਵਰ ਕਰ ਰਿਹਾ ਆ, ਇਹ ਆਲਮੋਸਟ ਇਹ ਵੀ ਮੈਨੂੰ ਲਾਸਟ ਈਅਰ ਮਿਲਿਆ ਸੀ ਅਤੇ ਇਹਦੇ ਨਾਲ ਮੈਂ ਆਪਣੇ ਵਿਆਹ ਦੀ ਗੱਲ ਕੀਤੀ ਅਤੇ ਸਾਰਾ ਹੁਣ ਅਰੇਂਜਮੈਂਟ ਉਸ ਪਿਛਲੇ ਸਾਲ ਤੋਂ ਲੈ ਕੇ ਅਤੇ ਇਸ ਸਾਲ ਤੱਕ ਮੇਰੇ ਵਿਆਹ ਦੇ ਫਿਨਿਸ਼ ਹੋਣ ਤੱਕ ਇਹਦਾ ਆ ਅਤੇ ਮੈਂ ਇਹਦਾ ਵੀ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਥੈਂਕ ਯੂ ਆਲ ਆਫ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਤਰਨਜੀਤ ਸਿੰਘ ਜੀ, ਮੈਂ ਜੀਤਵੀਰ ਜੀ ਜਿਹੜਾ ਕਿ ਹੁਣੀ ਸਾਡੇ ਦਲਜੀਤ ਸਿੰਘ ਉਹਨਾਂ ਦਾ ਮੈਂ ਭਰਾ ਹਾਂ। ਕੱਲ੍ਹ ਜਾਗੋ ਨਿਕਲੀ ਸੀ ਜੀ, ਬਹੁਤ ਮਜ਼ਾ ਆਇਆ ਜੀ। ਕੱਲ੍ਹ ਰੋਟੀ ਖਾਣ ਵੇਲੇ ਟਿੱਕੀ ਚਾਟ ਪਕੌੜੇ ਐਕਸਾਈਟਸ ਮੀ ਐਂਡ ਦੈਟ ਨੈਕਸਟ ਮਾਈ ਬ੍ਰਦਰ ਜੀਤਵੀਰ ਜੀ ਅਲੋਂਗ ਵਿਦ ਡਾਂਸ ਇਨ ਦ ਫਰੰਟ ਆਫ ਦ ਡੀਜੇ, ਮੈਨੂੰ ਬਹੁਤ ਮਜ਼ਾ ਆਇਆ ਜੀ। ਔਰ ਅੱਜ ਰਾਤ ਦੇ ਨਾਲ ਜਾਊਂਗਾ, ਬਹੁਤ ਮਜ਼ਾ ਕਰੂੰਗੇ ਜੀ। ਮੇਰੀ ਹੋਣ ਵਾਲੀ ਭਾਬੀ ਜੀ ਨੂੰ ਮੇਰਾ ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ
ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਬਿਹਾਰੀ ਜੀਓ ਮੈਂ ਕਿਆ ਮਾਂਗੂ ਕੁਛ ਫਿਰ ਨਾ ਰਹਾ ਹਰ ਦੀ ਜੈ ਨਾਮ ਪਿਆਰੀ ਜੀਓ ਤੂੰ ਪ੍ਰਭ ਦਾ ਸ਼ਬਦੀ ਦੇਖ ਨਿਹਾਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਬੇਟੇ ਦਲਜੀਤ ਸਿੰਘ ਦੀ ਸ਼ਾਦੀ ਹੈ ਸਾਨੂੰ ਬੜਾ ਹੀ ਖੁਸ਼ੀਆਂ ਭਰਿਆ ਟਾਈਮ ਮਹਾਰਾਜ ਨੇ ਦਿੱਤਾ ਇਸ ਕਰਕੇ ਸਾਨੂੰ ਬਹੁਤ ਫੈਮਿਲੀ ਨੂੰ ਚਾਅ ਆ ਇਸ ਟਾਈਮ ਦਾ ਬੜੇ ਟਾਈਮ ਤੋਂ ਉਡੀਕਾਂ ਸੀ ਕਿ ਸਾਡੇ ਬੱਚੇ ਦਾ ਵਿਆਹ ਸ਼ਾਦੀ ਦੇ ਬਹੁਤ ਖੁਸ਼ੀ ਭਰਿਆ ਸਾਨੂੰ ਟਾਈਮ ਮਹਾਰਾਜ ਦਿੱਤਾ ਬੜਾ ਉਸਦਾ ਲੱਖ ਲੱਖ ਸ਼ੁਕਰਾਨਾ ਵਾਹਿਗੁਰੂ ਦਾ ਅਲੜੇ ਤੇਰੀ ਗੁੱਤਲ ਮੇਰੀ ਰਾਣੀ ਏ ਨਾਗਾਂ ਦੀ ਲਾਲੀ ਤੇਰੀ ਗੱਲਾਂ ਉੱਤੇ ਸਾਵਣ ਦਿਆਂ ਬਾਗਾਂ ਦੀ ਲਾਲੀ ਤੇਰੇ ਗੱਲਾਂ ਉੱਤੇ ਸਾਵਣ ਦਿਆਂ ਬਾਗਾਂ ਦੀ ਕੱਚੀਆਂ ਚੱਲੀਆਂ ਦੇ ਦਾਣੇ ਚਿੱਟੇ ਤੇਰੇ ਦੰਦ ਕੁੜੇ ਨਾ ਹੋਣੀ ਉਡੀਕਾਂ ਮੈਥੋਂ ਹੋ ਜਾ ਰਜ਼ਾਮੰਦ ਕੁੜੇ ਜੋੜਾ ਕਿਸੇ ਫੁੱਲ ਦਾ ਬਣ ਕੇ ਲੱਗੀਏ ਕਿਸੇ ਟਾਣੀ ਨੀ ਆਪਣੀ ਬਣਾ ਕੇ ਤੈਨੂੰ ਰੱਖੂੰਗਾ ਰਾਣੀ ਨੀ ਆਪਣੀ ਬਣਾ ਕੇ ਤੈਨੂੰ ਵਿੱਚ ਝੁਮਕੇ ਜਦ ਤੂੰ ਪਾਲੇ ਸ਼ਹਿਦੂਤਾਂ ਦੇ ਸੁਣ ਕੇ ਤੇਰੀ ਬੋਲੀ ਤੋਤੇ ਚੂਰੀਆਂ ਖਾਵਣਗੇ ਬੁੱਲਾਂ ਦਾ ਰੰਗ ਚੁਰਾ ਕੇ ਚੁੰਝਾਂ ਤੇ ਲਾਵਣਗੇ ਵਸਲਾਂ ਦਾ ਡੁੱਲਿਆ ਅੱਖ ਚੋਂ ਪੀਵਣਗੇ ਪਾਣੀ ਨੀ ਆਪਣੀ ਬਣਾ ਕੇ ਤੈਨੂੰ ਰੱਖੂੰਗਾ ਰਾਣੀ ਨੀ ਆਪਣੀ ਬਣਾ ਕੇ ਤੈਨੂੰ
ਤੁਸੀਂ ਵੀ ਸਾਰੇ ਸਾਡੇ ਰਿਸ਼ਤੇਦਾਰ ਜਿੰਨੇ ਵੀ ਆਏ ਹਨ ਸਾਡਾ ਮਾਣ ਕੀਤਾ ਹੈ। ਮੈਂ ਸਾਰੇ ਰਿਸ਼ਤੇਦਾਰ ਅਤੇ ਆਪਣੇ ਭਰਾਵਾਂ ਦਾ ਸਾਰਿਆਂ ਦਾ ਹੀ ਬਹੁਤ ਸ਼ੁਕਰਾਨਾ ਬਹੁਤ ਧੰਨਵਾਦ ਕਰਦਾ ਹਾਂ ਤਾਂ ਕਿ ਇਹਨਾਂ ਨੇ ਸਾਨੂੰ ਬਹੁਤ ਕੀਮਤੀ ਟਾਈਮ ਕੱਢ ਕੇ ਸਾਡਾ ਮਾਣ ਵਧਾਇਆ ਹੈ ਔਰ ਬਹੁਤ ਧੰਨਵਾਦ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਚਿੜੀਆਂ ਦਾ